ਦੋਸਤੋ, ਅਗਰ ਤੁਸੀਂ ਰੋਜ਼ਾਨਾ ਕਬੱਡੀ ਦੇ ਨਵੇਂ ਮੈਚਸ ਜਾਂ ਨਵੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਦਾ ਸਭ ਤੋਂ ਵੱਡਾ ਕਬੱਡੀ ਦਾ ਇਸ਼ਕ ਯੂਟਿਊਬ ਚੈਨਲ ਲਾਜ਼ਮੀ ਸਬਸਕ੍ਰਾਈਬ ਕਰੋ ਔਰ ਇਸ ਦੇ ਨਾਲ ਬੈਲ ਦੇ ਆਈਕਾਨ ਨੂੰ ਵੀ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਇੱਕ ਦੋ ਤਿੰਨ ਨਹੀਂ, ਅਸੀਂ ਚਾਰ ਭਰਾ, ਜਿਹੜਾ ਚੰਗਾ ਲੱਗਦਾ ਤੂੰ ਹੱਥ ਉਸ ਨੂੰ ਲਾ। ਹਲਕਾ ਜਿਹਾ ਚੁੱਕਿਆ ਜਵਾਨ ਨੇ, ਨਹੀਂ ਉਹ ਡੱਬਣਾ ਲਾਲ ਗਵਾਚਾ ਮਿੱਟੀ ਨਾਲ ਫਰੋਲ ਜੋਗੀਆ। ਜ਼ਹੀਰ ਸ਼ਾਹ ਪਕੜਨ ਦੀ ਕੋਸ਼ਿਸ਼ ਲੇਕਿਨ ਕਾਮਯਾਬ ਨਹੀਂ ਹੋ ਸਕੇ। ਜਨਾਬ ਅਖਤਰਵਾਲ ਫਾਦਰ ਸਾਹਿਬ ਕਹਿੰਦੇ ਕਬੱਡੀ ਕੰਮ ਨਹੀਂ ਯਾਰ, ਬੇਜੁਰਤਿਆਂ ਦਾ ਜੁਰਤ ਬੰਦਾ ਬਾਜ਼ੀ ਮਾਰ ਜਾਂਦਾ। ਪਿੜਾਂ ਵਿੱਚ ਖਾਧੀਆਂ ਖੁਰਾਕਾਂ ਨੇ ਕੰਮ ਆਉਣਾ, ਖਾਧਾ ਮੈਦਾਨ ਮਰੇ ਗੁਲਾਮ ਮੁਸਤਫਾ। ਚੱਲ ਬਿਲਾਲ ਨੇ ਪਕੜਨ ਦੀ ਕੋਸ਼ਿਸ਼ ਕੀਤੀ, ਸਭ ਗੁੱਸਾ ਹੋ ਗਏ, ਦੋਨੋਂ ਗੁੱਟ ਫੜਿਆ। ਗੱਭਰੂਆਂ ਦੀ ਰੱਤ ਜਿਸੇ ਜੋ ਲਿਸ਼ਕਾਂ ਪਈ ਮਾਰਦੀ ਏ, ਆਤਕ ਖੁੱਲ ਮੈਦਾਨ ਅੰਦਰ ਪੂਰੇ ਜੋਬਰ ਤੇ ਉੱਪਰ ਰੁੱਟ ਮਾਰਦੀ ਏ ਜੀ। ਮਲਕ ਅਵੈਸ ਚੱਲ ਅੱਲਾ ਤੋਬਾ ਕਰਕੇ ਆਇਆ। ਮਲਕ ਅਵੈਸ ਅੱਗੇ ਚੌਂ ਜਾਫੀਆਂ ਦੀ ਅਸੈਂਬਲੀ ਬਣੀ ਹੋਈ ਆ, ਚੀਨ ਦੀ ਕੰਧ ਬਣਾ ਕੇ ਖੜੇ ਆ। ਮਲਕ ਅਵੈਸ ਦਾ ਦੇਖੋ ਕਿਹਦੇ ਨਾਲ ਹੁੰਦਾ ਟੱਕਰ ਜੀ। ਓ ਜਵਾਨਾ ਜੀ, ਆਏ ਤਨਵੀਰ ਗੁੱਜਰ, ਆਏ ਹਾਏ ਹਾਏ ਗੁੱਜਰ ਕੌਮ ਤੇ ਬੜੀ ਡਾਢੀ ਆ, ਪਰ ਨਸੀਬੋ ਲਾ ਜਾ ਰਹੀ ਜੀ ਬੱਚੇ। ਚਲੋ ਜੀ, ਦੂਸਰੇ ਪਾਸੇ ਕਬੱਡੀ ਦੇ ਉੱਤੇ ਛੋਟਾ ਜਿਹਾ ਕਲੱਬ ਦਾ ਨੌਜਵਾਨ ਦਾ ਤੇਜ਼ ਤਰੀਨ ਰੇਡਰ ਆ, ਦੇਖੋ ਕਿਹਦੇ ਨਾਲ ਕਰਦਾ ਟੱਚ। ਵੱਧ ਕੇ ਲੱਗਾ ਕੰਨੀ ਵਾਲਾ ਨੌਜਵਾਨ, ਹਾਏ ਪਾਕਿਟ, ਹਾਏ 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 ਬੱਗਾ। ਜਵਾਬ ਜੀਓ ਜਵਾਨਾ ਜੀ, ਮਾਚਸ ਫੈਕਟਰੀ ਗਰਾਊਂਡ ਦੇ ਉੱਤੇ ਅਲੀ ਮੁਹੰਮਦ ਖਾਜਾ ਮੈਮੋਰੀਅਲ ਕਬੱਡੀ ਟੂਰਨਾਮੈਂਟ, ਲੱਗੀ ਹੋਈ ਕੈਂਚੀ ਫੜਿਆ ਹੋਇਆ ਕੋਟ, ਹਾਏ 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 ਕਰੋ ਕਹਿੰਦੇ ਦਿਨ ਛੁੱਟੀ ਦੇ ਰਹਿ ਗਏ ਥੋੜੇ ਤੇ ਮਿੱਤਰਾ ਘੁੱਟ ਘੁੱਟ ਪਾ ਦਿੱਤੀਆਂ। ਹਾਏ ਦਿਨ ਛੁੱਟੀ ਦੇ ਰਹਿ ਗਏ ਥੋੜੇ ਤੇ ਮਿੱਤਰਾ ਘੁੱਟ ਘੁੱਟ ਪਾ ਦਿੱਤੀਆਂ। ਸਾਡੇ ਮੌਜੂਦ ਮਹਿਮਾਨ ਵੀ ਸਟੇਜ ਦੇ ਉੱਤੇ ਪੂਰਾ ਨਜ਼ਾਰਾ ਲੈ ਰਹੇ ਆ ਕਬੱਡੀ ਦਾ। ਕਹਿੰਦਾ ਮਾਂ ਖੇਡ ਕਬੱਡੀ ਹੈ, ਪੰਜਾਬੀਆਂ ਦੀ ਹੈ, ਪੰਜਾਬ ਦਾ ਮਾਨ ਤਰਾਨ ਕਬੱਡੀ। ਛੰਨੇ ਪੀਂਦੇ ਨੇ ਦੁੱਧ ਤੇ ਘਿਓ ਵਾਲੇ, ਖੇਡਦੀ ਪੰਜਾਬ ਪਾਣੀ ਸੀ, ਅੱਜ ਖੇਡਦਾ ਕੁੱਲ ਜਹਾਨ ਕਬੱਡੀ। ਉਹ ਮਾਂ ਬੋਲੀ ਹੈ ਗੈਰਤ ਪੰਜਾਬੀਆਂ ਦੀ, ਇਹ ਤੇ ਸਾਹਿਲ ਜਿੰਦ ਤੇ ਜਾਨ ਕਬੱਡੀ, ਇਹ ਤੇ ਸਾਹਿਲ ਜਿੰਦ ਤੇ ਜਾਨ ਕਬੱਡੀ। ਚਲੋ ਜੀ ਜ਼ਹੀਰ ਸ਼ਾਹ, ਸ਼ਾਹੀ ਇੱਲੱਲਾ ਵਈ ਇੱਲੱਲਾ, ਇੱਲੱਲਾ ਵਈ ਇੱਲੱਲਾ। ਹਾਂਜੀ ਹਾਂਜੀ, ਜ਼ਹੀਰ ਸ਼ਾਹ ਸਾਹਿਬ ਨੇ ਪਾਈ ਬੜੀ ਪ੍ਰਭਾਵ ਰਹੀ। ਸ਼ਾਹ ਸਾਹਿਬ ਆਏ ਉਸਮਾਨ ਗੁੱਜਰ, ਚਲੋ ਉਸਮਾਨ ਗੁੱਜਰ ਗੋਲਡਨ ਡਬਲ ਟੱਚ ਜੀ। ਕਹਿੰਦੇ ਸੱਪ ਧੀ ਨੂੰ ਲੜੇ ਤੇ ਵੈਸੇ ਮਾਂ ਨੂੰ ਕਰੇ ਨੌਜਵਾਨ ਚੁੱਕਿਆ ਭਾਈ, ਵੈਲਡਨ ਜੀ ਵੈਲਡਨ, ਬਹੁਤ ਹੀ ਤਕੜਾ ਜੋਰ ਗੁਲਾਮ ਮੁਸਤਫਾ, ਟੱਕਮ ਟੱਕੀ ਹੋ ਗਏ। ਅਲੀ ਮੁਹੰਮਦ ਖਾਜਾ ਸਾਹਿਬ ਮਹਾਰਾਜ ਪੰਜਤਨ ਪਾਕ ਦੇ ਬੜੇ ਮੰਨਣ ਵਾਲੇ ਸੀ, ਉਹਨਾਂ ਦੀ ਨਿਸਬਤ ਤਾਂ ਇਹ ਤੁਹਾਨੂੰ ਇੱਕ ਸੁਣਾਉਣਾ ਵਾ। ਜਨਾਬ ਖਾਜਾ ਹਸਨ ਰਜ਼ਾ ਸਾਹਿਬ ਕਹਿੰਦੇ ਜੰਗਾਂ 'ਚ ਵੇਖੋ ਤੇ ਮੌਲਾ ਅਲੀਏ, ਮੱਲਾਂ 'ਚ ਵੇਖੋ ਤੇ ਮੌਲਾ ਅਲੀਏ, ਬਹਾਦਰ 'ਚ ਵੇਖੋ ਤੇ ਮੌਲਾ ਅਲੀਏ, ਬਿਲਾਵਲ 'ਚ ਵੇਖੋ ਤੇ ਮੌਲਾ ਅਲੀਏ, ਕੰਧ ਆ ਕੇ ਸੁਣ ਲਾ ਤੂੰ ਨਬੀ ਦਾ ਆਵਾਜ਼ਾ, ਮੈਂ ਸ਼ਹਿਰ ਅਲੀ ਦਰਵਾਜ਼ਾ, ਦਮਾਦੇ ਮੁਹੰਮਦ ਅਲੀ ਨੇ ਕਹਾਇਆ।
ਕੰਦੇ ਨਬੂਵਤ ਤੇ ਵੀ ਅਲੀ ਨਜ਼ਰ ਆਇਆ, ਕੁਫਰ ਦਾ ਕੀਤਾ ਅਲੀ ਨੇ ਸਫਾਇਆ, ਖੈਬਰ ਦਾ ਦਰ ਵੀ ਠੋਕਰ ਮਾਰ ਉਡਾਇਆ। ਅਸਦੁੱਲਾ ਅਲੀ ਏ, ਯਦੁੱਲਾ ਅਲੀ ਏ, ਫਕਰ ਦਾ ਵੀ ਖੁੱਲਾ ਕਾਬਾ ਸੋਹਣੀ ਕਲੀਏ ਮਦਦ ਜਾ ਅਲੀ ਜਾ ਅਲੀ ਜਾ ਅਲੀ ਏ। ਪੰਜ ਨਾਰੇ ਪੈਂਤਰੀ ਸਵਾ ਲੱਖ ਨਾਰਾਏ ਹੈਦਰੀ। ਵੈਲਡਨ ਜੀ, ਜੀਓ ਜਵਾਨਾਂ ਜੀ, ਹਾਏ ਹਾਏ ਹਾਏ। ਵੈਲਡਨ ਦੋਵਾਂ ਜਵਾਨਾਂ ਦਾ ਨੌਜਵਾਨ ਕਰਾਮਤ ਠਿੰਨੂ, ਕਰਾਮਤ ਠਿੰਨੂ, ਹਾਏ ਹਾਏ। ਜਵਾਬ ਤਨਵੀਰ ਗੁੱਜਰ ਨੇ ਪਕੜਨ ਦੀ ਕੋਸ਼ਿਸ਼ ਕੀਤੀ, ਜਵਾਬ ਖਿਡਾਰੀ ਨੂੰ ਚੋਟ ਨਹੀਂ ਆਈ, ਖਿਡਾਰੀ ਸਾਡੇ ਸਾਰੇ ਨਿਯਮ ਔਰ ਕੌਮ ਦਾ ਹੈ। ਪੰਜ ਔਰ ਨੌ ਦਾ ਚੱਲ ਰਿਹਾ ਮੁਕਾਬਲਾ, ਪੰਜ ਪੁਆਇੰਟ ਇਸ ਵੇਲੇ ਪਾਕਿਸਤਾਨ ਗ੍ਰੀਨ ਔਰ ਨੌ ਪੁਆਇੰਟ ਨੇ ਵਾਈਡ ਦੇ ਬਗਲਾ ਭਰੀਆਂ ਲੱਗੀ ਹੋਈ ਕੈਂਚੀ। ਵੈਲਡਨ ਜੀਓ ਜਨਰਲ ਜੀ, ਸਵਾਗਤ ਲਾਓ ਹੱਥ ਵੇਖੋ ਕਿਹਦੇ ਨਾਲ ਹੁੰਦਾ ਟੱਚ। ਚਲੋ ਜੀ, ਸ਼ਾਹ ਜੀ ਪਾਓ ਕਬੱਡੀ ਜੀ, ਚਾਰ ਜਾਫੀਆਂ ਦੀ ਬਣੀ ਹੋਈ ਸੰਗਤ, ਇੱਕ ਦੋ ਤਿੰਨ ਨਹੀਂ, ਅਸੀਂ ਚਾਰ ਆ ਭਰਾ। ਜਿਹੜਾ ਚੰਗਾ ਲੱਗਦਾ ਤੂੰ ਹੱਥ ਖੋਸ ਹੋਊਗਾ। ਚਲੋ ਜੀ, ਚਲੋ ਵੈਲਡਨ ਵੈਲਡਨ ਵੈਲਡਨ, ਹੋਣੀਆਂ ਚਾਹੀਦੀਆਂ। ਉਸਮਾਨ ਗੁੱਜਰ, ਚਾਹੇ ਉਸਮਾਨ ਗੁੱਜਰ ਦਰਮਿਆਨ ਚਾਹੁੰਦਾ ਲੱਗਿਆ ਮਾਜਦ ਲੱਗੀ ਹੋਈ ਕੈਂਚੀ, ਜਦੋਂ ਹੋਵੇ ਬੰਦਾ ਕੈਂਚੀ ਦੇ ਵਿੱਚ ਘੁੱਟਿਆ ਫਿਰ ਉਸ ਵੇਲੇ ਨਹੀਂ ਹੋ ਜਾਂਦਾ ਛੁੱਟਿਆ, ਜਿੱਥੇ ਕੈਂਚੀ ਕੈਂਚ ਜਾਵੇ। ਗੁਲਾਮ ਮੁਸਤਫਾ, ਵੈਲਡਨ ਗੁਲਾਮ ਮੁਸਤਫਾ, ਗੁਲਾਮ ਮੁਸਤਫਾ ਦੀ ਪਲੀ ਹੋਈ ਕਬੱਡੀ, ਚਾਰ ਜਾਫੀ ਅਲੀ ਮੁਹੰਮਦ ਖਵਾਜਾ ਮੋਰਗਿਲ। ਕਬੱਡੀ ਮੈਚ ਅੱਜ ਲਾਹੌਰ ਦੀ ਧਰਤੀ, ਮਾਚਸ ਫੈਕਟਰੀ ਦੀ ਧਰਤੀ। ਜੀਓ ਲਜਪਾਲ ਪ੍ਰੀਤ ਨੂੰ ਤੋੜਦੇ ਨਹੀਂ, ਜਿਹਦੀ ਬਾਹ ਫੜ ਲੈਣ ਉਹਦੀ ਜੋੜਦੇ ਨਹੀਂ। ਚੱਲ ਵੀ ਗੁਲਾਮ ਮੁਸਤਫਾ, ਜੀਓ ਜਾਂਦਾ ਸੀ ਰਾਹ ਡੱਕ ਕੇ ਖਲੋ ਗਿਆ ਮੇਰਾ ਨੀ ਭਾਬੀ ਸੋਹਣਾ ਮੁੰਡਾ ਗੁਜਰਾਂ ਦਾ। ਲੰਡਨ ਜਨਾਬ, ਵਸੀਮ ਡੋਗਰ, ਚਾਹੇ ਵਸੀਮ ਡੋਗਰ, ਅੱਜ ਖਵਾਜਾ ਅਲੀ ਮੁਹੰਮਦ ਮੈਮੋਰੀਅਲ ਜਸ਼ਨੇ ਬਹਾਰਾ ਕਬੱਡੀ ਮੈਚ ਦੇ ਵਿੱਚ ਪਾਕਿਸਤਾਨ ਗ੍ਰੀਨ ਦੀ ਕਰਦਾ ਹੋਇਆ ਨੁਮਾਇੰਦਗੀ। ਵਸੀਮ ਡੋਗਰ ਇੱਕ ਕੰਨੀ ਤੇ ਛੋਟਾ ਜਿਹਾ ਨੌਜਵਾਨ ਕਰਾ ਮੌਲਵੀ ਸਾਹਿਬ, ਇਲ ਅੱਲਾ ਵੀ ਇਲ ਅੱਲਾ, ਹਾਏ 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 ਹਾਏ। ਮੌਲਵੀ ਸਾਹਿਬ, ਕਬੱਡੀ ਖੇਡਣ ਤੇ ਕਬੱਡੀ ਖੇਡਣ ਤੇ ਤੇ ਖੀਰ ਖਾਣ ਤੇ ਬੜਾ ਫਰਕ ਹੈ। ਚਲੋ ਜੀ, ਮਲਕ ਅਵੈਸ ਸਾਹਿਬ, ਚੱਲ ਵੀ ਮਲਕ ਅਵੈਸ, ਵੈਲਡਨ ਮਲਕ ਅਵੈਸ ਦੀ ਪਈ ਹੋਈ ਕਬੱਡੀ, ਚਾਰ ਜਾਫੀਆਂ ਦੀ ਬਣੀ ਹੋਈ ਸੰਗਲੀ ਅੱਜ। ਜ਼ਾਹਿਦ ਜੱਟ, ਚੱਲ ਆਜ਼ਾਦੀ ਜੱਟ ਤੇ ਮਲਕ ਅਵੈਸ, ਇੱਕ ਪਾਸੇ ਮਲਕ ਤੇ ਇੱਕ ਪਾਸੇ ਜੱਟ, ਬਗਲਾ ਭਰਨ ਦੀ ਕੋਸ਼ਿਸ਼ ਕੀਤੀ ਆ, ਰਾਹ ਡੱਕਿਆ ਹੋਇਆ, ਹਾਏ ਹਾਏ ਹਾਏ। ਸੁਪਨੇ ਅੰਦਰ ਆਏ ਜੀਓ ਜਵਾਨਾਂ ਜੀ, ਤਾੜੀਆਂ ਹੋਣੀਆਂ ਚਾਹੀਦੀਆਂ ਬਈ। ਇੰਤਜ਼ਾਮ ਬੜਾ ਅੱਛਾ, ਮੈਚ ਬੜਾ ਤਕੜਾ ਹੋ ਰਿਹਾ। ਜਨਾਬ ਲਾਹੌਰ ਰੀਜਨ ਕਬੱਡੀ ਐਸੋਸੀਏਸ਼ਨ ਚੌਧਰੀ ਸ਼ਬਾਜ਼ ਸਾਹਿਬ ਔਰ ਜਨਾਬ ਚੌਧਰੀ ਖਾਲਿਦ ਘੁੰਮਣ ਸਾਹਿਬ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਆ। ਅਖਤਰ ਅਬਾਸ ਖਵਾਜਾ ਸਾਹਿਬ ਦੇ ਨਾਲ ਪੂਰਾ ਫੋਟੋ ਲਾਇਆ ਇਸ ਮੈਚ ਨੂੰ ਕਰਾਉਣ ਦੇ ਉੱਤੇ। ਅਸੀਂ ਪਾਕਿਸਤਾਨ ਕਬੱਡੀ ਫੈਡਰੇਸ਼ਨ, ਪੰਜਾਬ ਕਬੱਡੀ ਐਸੋਸੀਏਸ਼ਨ, ਚੇਅਰਮੈਨ ਪੀ ਐੱਚ ਸ਼ਹਿਜ਼ਾਨ ਇੰਟਰਨੈਸ਼ਨਲ ਔਰ ਦੂਸਰੇ ਮਾਪਦੀਨ ਦੇ ਬੇਹੱਦ ਮਸ਼ਹੂਰ ਹਾਂ, ਜਿਨ੍ਹਾਂ ਨੇ ਇਹ ਜਸ਼ਨੇ ਬਹਾਰਾ ਅਲੀ ਮੁਹੰਮਦ ਖਵਾਜਾ ਮੈਮੋਰੀਅਲ ਕਬੱਡੀ ਮੈਚ ਕਰਵਾਉਣ ਦੇ ਵਿੱਚ ਇੰਤਜ਼ਾਮਾਤ ਕੀਤੇ। ਜ਼ਹੀਰ ਸ਼ਾਹ ਸਾਹਿਬ, ਚਲੋ ਜੀ ਸ਼ਾਹ ਸਾਹਿਬ ਲਾਓ ਹੱਥ, ਹਾਏ 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 ਹਾਏ। ਸ਼ਾਹ ਜੀ ਕੀ ਬਣੀ ਆ, ਵੈਲਡਨ ਜੀ ਵੈਲਡਨ, ਹਾਏ ਹਾਏ ਹਾਏ।
हाँ जी बहुत ही अच्छी लगी हुई कैंची तालियां जाफरी वास्ते वेल डन वेल डन चलो जी वेल डन पंजाबी कबड्डी जी साहब यासर जिलानी साहब चेयरमैन पीएचई चलो चलो जवाना पाक शुदारे हो रहा जवान चल ले जवान ओए होए बहुत खूबसूरत खोज खिची है लगी हुई जब्बी मैं ते माइया इंज मिल गए जिवें टिच पकड़ा दी जोड़ी मैं ते माइया इंज मिल गए जिवें टिच पकड़ा दी जोड़ी बैठ जी खिलाड़ियों की हौसला अफजाई भी करा करो साडे मौजूद मेहमान स्टेज बिल्कुल सजी हुई है मौजूद मेहमानों के नाल और मैच भी बहुत ही नज़ारेदार अज हो रहा कबड्डी का यह मैच उस्मान गुजर की पे रेड चल रही उस्मान गुजर पाँगा कबड्डिया चढ़ चढ़ के वेखता जमाना अज खड़ खड़ के माजद लग्या हो उस्मान गुजर से माजद काम खा हुई पी है फड़िया शरीक मिट्टी का भी पैड़े होंगे छोटा जा करता नौजवान मोहसिन चल भी मोहसिन पा कबड्डी जी जवाना जी मोहसिन की पई हुई कबड्डी आए हाय वेल डन मोहसिन जी जवाना जी जनाब यासर गिलानी साहब चेयरमैन पी एच ए वेलकम अहलन वसहलन मरहबा जी आई एन बागदीम साहब और यासर गिलानी साहब चेयरमैन पी एच ए वेलकम जी आई एन मोहसिस मेहमानों ग्राउंड आमद से वेलकम जी प्रोफेसर जफर गुजर साहब के नाल गले मिल रहे हैं जनाब ताहिर वही साहब साहब के नाल मिल रहे जनाब मोहम्मद सरवर खान सैकटरी पंजाब तो पाकिस्तान कबड्डी फेडरेशन उन्होंने नाल मिल रहे जनाब राय बैकुल्ला मसूद करम साहब के नाल मिल रहे जनाब प्रोफेसर खालिद महमूद साहब के नाल मिल रहे जनाब जाहिद अब्बास ख्वाजा साहब के नाल मिल रहे जी आई गुलाम मुस्तफा गुलाम मुस्तफा आए हाय हाय पाकिस्तान ग्रीन वाले हो हाँ जी पॉइंट पॉइंट जापी था जी कहते कोई सोने का गिलास हो बगल भरी हुई सुखने अंदर मैं माही मिलिया मैं गल में पा रही हूं बाह कर दी मारी अख न खोना कि फिर विछड़ना चाहवा गल्डन जी मौजूद मेहमाना जी अमद अहलन वसहलन मरहबा बहुत ही खूबसूरत कबड्डी का मैच इस वेले हो रहा पाकिस्तान ग्रीन और पाकिस्तान वाइट जश्न बहारा मलिक अवैस बिलाल आए बलाल गुजर मलिक अवैस ते बलाल गुजर पई हुई कैंची वर्ल्डन जी गुथम गुथा हो गया दोनों ते बच गया ललकारा हुण ते नंबर उन्हें खाना जेड़ा हो जान विच ता पारा मलिक साहब गुजर ते काबू आए हो आए 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 जी गुजरा जी आए जफी घट घुट के नहीं हो पाई गुजरा ते जफी का नहीं आया स्वाद गुजरा मलिक बिलाल चल भी मलिक बिलाल आई जवानी जल मस्तानी नहीं लुकाया लुकदी गिट गिट पैर जमीन तो उत्ते मोढ़िया उत्तो ठुकती सजरे राह बना दी जावे टाटा पंथ पुराने पंग पग टंडिया दे उत्ते तुरदा हद तक अपनी जाने जिया जाना जी वेल्डर बहुत ही अच्छा मुकाबला हो रहा दोवां दे कल्याण आए पॉइंट जवानी पंच पाना शो मकाना गुजे चल चढ़िया ते चढ़ी जवानी कितों रहंदी गुजे चल भी आया काल शाह काला मेरा काए दिलदार ते गोरिया नु परा करो आए हाय 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 जनाब
ਹਾਂਜੀ ਸਰਮਜ਼ਾ ਖਾਜਾ ਸਾਹਿਬ ਕਹਿੰਦੇ ਕਾਲੀ ਤਿੱਤਰੀ ਕਮਾਤੋਂ ਨਿਕਲੀ ਤੇ ਉੱਡਦੀ ਨੂੰ ਬਾਜ ਪੈ ਗਿਆ ਕਾਲੀ ਤਿੱਤਰੀ ਕਮਾਤੋਂ ਹਾਂਜੀ ਤਰਵੀਰ ਗੁੱਜਰ ਨੇ ਬਹੁਤ ਹੀ ਖੂਬਸੂਰਤ ਜੱਫਾ ਕੀਤਾ ਦੂਸਰੇ ਪਾਸੇ ਰੇਡ ਤੇ ਇੱਕ ਵਾਰੀ ਵਸੀਮ ਟੋਕਰ ਇੱਕ ਵਾਰੀ ਫਿਰ ਗਿਆ ਹੋਇਆ ਜੀ ਲਾਹੌਰ ਡਿਵੀਜ਼ਨ ਦੀ ਧਰਤੀ ਦੇ ਉੱਤੇ ਕਬੱਡੀ ਦਾ ਮੈਚ ਪਾਕਿਸਤਾਨ ਗ੍ਰੀਨ ਔਰ ਪਾਕਿਸਤਾਨ ਵਾਈਟ ਦੀਆਂ ਟੀਮਾਂ ਦੇ ਦਰਮਿਆਨ ਆਉਣਾ ਪਿਆ ਔਰ ਦੋਵਾਂ ਟੀਮਾਂ ਦੇ ਦਰਮਿਆਨ ਬਹੁਤ ਹੀ ਖੂਬਸੂਰਤ ਕਬੱਡੀ ਦਾ ਮੈਚ ਹੋ ਰਿਹਾ ਜ਼ੋਰ ਪੱਠਾ ਨਾਲ ਜੀ ਆਓ ਜੀ ਜ਼ਹੀਨ ਸ਼ਾਹ ਸਾਹਿਬ ਚਲੋ ਜੀ ਹਾਏ 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 ਪਈ ਹੋਈ ਕੈਂਚੀ ਸ਼ਾਹ ਜੀ ਹਾਏ 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 ਬੈਲਡਨ ਜੀ ਬੈਲਡਨ ਨਹੀਂ ਕੋਈ ਗੱਲ ਨਹੀਂ ਸ਼ਾਹ ਹੋਣਾ ਤਾਂ ਅਸੀਂ ਬਾਹਰ ਨਹੀਂ ਨਿਆਜ਼ ਬਹੁਤ ਹੀ ਖਾਦੇ ਜੀ ਬੈਲਡਨ ਜੀ ਹਾਏ ਹਾਏ ਗਰਾਉਂਡੋਂ ਬਾਹਰ ਜੀ ਕਹਿੰਦੇ ਰਾਮ ਕਰਾ ਨਾ ਜਾਈਏ ਭਾਵੇਂ ਦੂਰ ਹੋਵੇ ਖੁੱਟਾ ਦੁੱਧ ਨਾ ਪੀਏ ਭਾਵੇਂ ਦੂਰ ਹੋਵੇ ਤੇ ਮਾਂ ਪਿਓ ਨੂੰ ਕਦੀ ਮਾੜਾ ਨਾ ਆਖੀਏ ਭਾਵੇਂ ਉਹਨਾਂ 'ਚ ਕਸੂਰ ਹੋਵੇ ਜੀ ਤੇ ਯਾਰੀ ਉੱਥੇ ਲਾਈਏ ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ ਜੀ ਉਸਮਾਨ ਟੁੱਟੀ ਪਈ ਹੋਈ ਹਾਏ 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 ਹਾਂਜੀ ਵੇਖੋ ਪਾਕਿਸਤਾਨ ਗ੍ਰੀਨ ਔਰ ਪਾਕਿਸਤਾਨ ਵਾਈਟ ਦੀਆਂ ਕਬੱਡੀ ਟੀਮਾਂ ਦੇ ਦਰਮਿਆਨ ਯਾਦਗਿਰੀ ਮੈਚ ਹੋ ਰਿਹਾ ਇੱਥੇ ਮੈਚ ਫਰਾਈਜ਼ ਡਿਊਟੀ ਅੰਜਾਮ ਦੇ ਰਹੇ ਨੇ ਅੰਪਾਇਰਿੰਗ ਦੀ ਇੱਕ ਪਾਸੇ ਜਵੇਦ ਭੁੱਟਾ ਸਾਹਿਬ ਤੇ ਇੱਕ ਪਾਸੇ ਉਹਨਾਂ ਦੇ ਬੇਟੇ ਬਿਲਾਲ ਜਵੇਦ ਭੁੱਟਾ ਭੁੱਟਾ ਸਾਹਿਬ ਕਹਿੰਦੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਹੀ ਰੰਬਾ ਰੱਖ ਹਾਂਜੀ ਵੈਲਡਨ ਜੀ ਬਾਪ ਬੇਟਾ ਦੋਵਾਂ ਪਾਸੇ ਅੰਪਾਇਰਿੰਗ ਕਰਵਾ ਰਿਹਾ ਜੀ ਹਾਂਜੀ ਰਾਣਾ ਵਕਾਸ ਜੀ ਵੈਲਡਨ ਜੀ ਵੈਲਡਨ ਬਹੁਤ ਹੀ ਅੱਛਾ ਲੱਗਦਾ ਹੋਇਆ ਜ਼ੋਰ ਪਿਛਾ ਰੱਖ ਲਈ ਇੰਜ ਗਿਆ ਜਿਵੇਂ ਸਾਬਣ ਦੀ ਕਾਚੀ ਹੱਥ ਚ ਤਿਰਕ ਕੇ ਜਾਂਦੀ ਹੈ ਵੈਲਡਨ ਬਹੁਤ ਹੀ ਅੱਛਾ ਮੈਚ ਪੂਰਾ ਹਾਂਜੀ ਹਾਫ ਟਾਈਮ ਹੋ ਗਿਆ ਹਾਂਜੀ ਲਓ ਜੀ ਦੂਸਰੇ ਹਫ਼ਤਾ ਖੇਲ ਸ਼ੁਰੂ ਹੋਇਆ ਫਿਰ ਮੈਚ ਇੱਕ ਵਾਰੀ ਫਸ ਗਿਆ ਔਰ ਸਾਡੇ ਮੁਅੱਜ਼ਜ਼ ਮਹਿਮਾਨ ਜਨਾਬ ਯਾਸਰ ਗਿਲਾਨੀ ਸਾਹਿਬ ਔਰ ਜਨਾਬ ਬਾਰ ਵਾਜਦ ਸਾਹਿਬ ਇਲਾਕੇ ਦੀ ਨਿਹਾਇਤ ਸਿਆਸੀ ਸਮਾਜੀ ਸ਼ਖਸੀਅਤ ਚੱਲ ਜਨਾਬ ਅਖਤਰ ਅਬਾਸ ਵਾਜਦ ਸਾਹਿਬ ਅੱਜ ਵੇਖਦਾ ਆਵਾਮ ਦਾ ਠਾਠਾ ਮਾਰਦਾ ਹੋਇਆ ਸਮੁੰਦਰ ਕਹਿੰਦਾ ਮੈਚ ਕਬੱਡੀ ਦਾ ਅੱਜ ਵੇਖਣ ਲਈ ਜਿੱਥੇ ਆਏ ਨੇ ਬਣ ਬਣ ਹਾਣੀਆਂ ਦੇ ਹਾਏ ਅਖਤਰ ਅਬਾਸ ਸਾਹਿਬ ਅੱਜ ਵੇਖ ਲਓ ਮੈਦਾਨ ਅੰਦਰ ਭੁੱਬਾਂ ਮਾਰਦੇ ਨੇ ਪੁੱਤ ਪੰਜਾਂ ਪਾਣੀਆਂ ਦੇ ਵੈਲਡਨ ਜੀਓ ਜਵਾਨਾਂ ਜੀ ਜਾਟ ਬਈ ਜਵਾਨਾਂ ਨੂੰ ਪਾਣ ਜਵਾਨੀ ਦਾ ਜਵਾਨ ਵੈਲਡਨ ਜੀ ਸਾਡੇ ਮੁਅੱਜ਼ਜ਼ ਮਹਿਮਾਨ ਜਨਾਬ ਯਾਸਰ ਗਿਲਾਨੀ ਸਾਹਿਬ ਚੇਅਰਮੈਨ PHA ਔਰ ਮਾਰ ਵਾਜਦ ਸਾਹਿਬ ਜਨਾਬ ਜਿਵੇਂ ਪੰਜਾਬ ਦੀ ਰਹਿਤ ਕਮਿਸ਼ਨਰ ਅੱਜ ਦਰਸ਼ੀ ਭਲਵਾਨ ਇੱਕ ਪਾਸੇ ਹੋਇਆ ਇੱਕ ਗੱਲ ਹੋਰ ਸੁਣਾ ਲਈਏ ਤੇ ਮਾਈਕ ਫਿਰ ਓਵਰ ਟੂ ਕਰ ਜਨਾਬ ਯਾਸਰ ਗਿਲਾਨੀ ਸਾਹਿਬ ਔਰ ਮਾਰ ਵਾਜਦ ਸਾਹਿਬ ਇੱਕ ਸਾਈਡ ਦਰਸ਼ੀ ਭਲਵਾਨ ਇੱਕ ਸਾਈਡ ਤੋਂ ਜਾਓ ਯਾਰ ਇਹਨਾਂ ਨੂੰ ਇੱਕ ਸਾਈਡ ਤੇ ਕਰੋ ਜਨਾਬ ਮਾਰ ਵਾਜਦ ਸਾਹਿਬ ਜਨਾਬ ਯਾਸਰ ਗਿਲਾਨੀ ਸਾਹਿਬ ਮੁਅੱਜ਼ਜ਼ ਮਹਿਮਾਨ ਕਹਿੰਦੇ ਕਹਿਣਾ ਮੋੜੀਏ ਨੇ ਅਸੀਂ ਪੰਚਾਇਤ ਦਾ ਜਨਾਬ ਜਨਾਬ ਕਦੀ ਪੰਚਾਇਤ ਦਾ ਮਾਪਿਆਂ ਨੂੰ ਮੌਕਾ ਕੈਦ ਦਾ ਸਾਂਝੀ ਵੱਟ ਉੱਤੋਂ ਨਾ ਬਿਨਾਂ ਪਿੱਛੇ ਰੁੱਖ ਵੱਟੀਏ ਨਹੀਂ ਹੋਵੇ ਵੀਜ਼ਾ ਤੇ ਚੱਕ
ਨਹੀਂ ਉਹ ਬਰਾਤ ਚਾਹੀਦਾ। ਹਾਂਜੀ ਆਖੀਏ ਨਾ ਓਏ ਕਦੀ ਜਾਂਦੇ ਰਾਈ ਨੂੰ ਮਾਂਜ ਰੇਤ ਨਾਲ ਧੋਈਏ ਨਾ ਕੜਾਈ ਨੂੰ। ਹਾਂਜੀ ਕਹਿੰਦੇ ਮਾਂਜ ਰੇਤ ਨਾਲ ਨਾ ਧੋਈਏ ਕਦੀ ਕੜਾਈ ਨੂੰ ਅੱਗ ਬਾਲਣ ਤੇ ਲਾਈਏ ਨਾ ਕਦੀ ਨਾ ਜਵਾਕ ਨੂੰ ਮਾਨੀਏ ਮਾਰੀਏ ਨਾ ਭਾਲੀ ਹੁੰਦੇ ਸਾਕ ਨੂੰ ਘਰ ਦਾ ਨਾ ਭੇਤ ਜੱਗ ਜ਼ਾਹਰ ਕਰੀਏ ਦੱਸੀਏ ਗੋਸ਼ਤ ਭਾਵੇਂ ਦਾਲ ਧਰੀਏ। ਕਹਿੰਦੇ ਸਫ਼ਰ ਦੇ ਵਿੱਚ ਨਹੀਂ ਉਹ ਬਹੁਤਾ ਖਾਈਦਾ ਨਿੱਤ ਸਹੁਰੇ ਜਾ ਕੇ ਨਹੀਂ ਉਹ ਕਦਰ ਘਟਾਈਦਾ ਔਲਾਦ ਦਾ ਨਾ ਮਿਹਣਾ ਦਈਏ ਬਾਂਜ ਨੂੰ ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਜ ਨੂੰ। ਜੀ ਜਵਾਨਾਂ ਜੀ ਬਹੁਤ ਹੀ ਤਕੜਾ ਜਫਾ ਮਾਰਿਆ ਜੀ ਰਿਆਸਤ ਅਲੀ ਆਵੇ ਜਵਾਨ ਚੱਲ ਜਵਾਨਾਂ ਰਿਆਸਤ ਅਲੀ ਆ ਜਾਏ ਬਾਬੇ ਬੁੱਢੇ ਸ਼ਾਹ ਦੀ ਧਰਤੀ ਦਾ ਨੌਜਵਾਨ ਚੱਲ ਵੀ ਰਿਆਸਤ ਬੜੀ ਮਿਹਰਬਾਨੀ ਜੀ। ਹਾਂ ਜੀ ਕਮਾਂਡਰ ਦਾ ਨਾਮ ਅਲ ਗੁਲਾਮ ਮੁਸਤਫਾ ਕੇ ਪੀ ਤੇ ਨੇ ਬਦਾਮ ਜੀ ਨੇ ਸੱਜਣਾ ਗੋਡੀਆਂ ਉਹਨੇ ਹੀ ਲਵਾਉਣੀਆਂ ਕਹਿੰਦੇ ਆ ਸਿਆਣੇ ਗੱਲਾਂ ਸੱਚੀਆਂ ਖੁਰਾਕਾਂ ਖਾਂਦੀਆਂ ਕੰਮ ਆਉਣੀਆਂ ਫਖਰੇ ਪਾਕਿਸਤਾਨ ਕਬੱਡੀ ਰਾਣਾ ਮੁਹੰਮਦ ਸਰਵਰ ਸਾਹਿਬ ਜਿੰਦਾਬਾਦ ਬਹਾਮਰਾ ਚੌਧਰੀ ਤਾਰ ਵਹੀ ਜਲਸਾ ਫਖਰੇ ਪੰਜਾਬ ਫੈਡਰੇਸ਼ਨ ਨਵੀਂ ਸਾਜਰ ਸਾਹਿਬ ਉਸ ਮੈਦਾਨ ਤੇ ਜਵੇਲ ਭੁੱਟਾ ਸਾਹਿਬ ਔਰ ਮੇਰੇ ਸਾਥ ਤੈਯਬ ਗਲਾਨੀ ਸਾਹਿਬ ਬੜੀ ਮਿਹਰਬਾਨੀ। ਹਾਂ ਜੀ ਮਾਜਲ ਪਿੰਡ ਭੜਾਣੇ ਦੀ ਧਰਤੀ ਨੌਜਵਾਨ ਦੀ ਲਓ ਸਾਹ ਡੋਗਰ ਹੈ ਕਬੱਡਰ ਦਾ ਵਾ ਕਿ ਅਸੀਂ ਪੁੱਤਰ ਹਾਂ ਦੇਸ ਪੰਜਾਬ ਦੇ ਸਾਡੀ ਰਾਵੀ ਵਰਗੀ ਸ਼ਾਲ ਅਸੀਂ ਤੁਰੀਏ ਦੋ ਤਰ ਘੱਟ ਨਹੀਂ ਜੇ ਤੁਰੀਏ ਵੱਧ ਕੇ ਨਾਲ ਜਿਨ੍ਹਾਂ ਨੂੰ ਕੌਡੀ ਦਾ ਮੈਚ ਪਸੰਦ ਆਏ ਇੱਕ ਵਾਰੀ ਤਾੜੀ ਲਾ ਲਈ ਖੁਦ ਕਰੋਗੇ। ਹਾਂਜੀ ਫਖਰੇ ਕਬੱਡੀ ਬਾਬਾ ਕਬੱਡੀ ਅਲੀ ਮੁਹੰਮਦ ਖਾਜਾ ਮੈਮੋਰੀਅਲ ਕਬੱਡੀ ਮੈਂ ਲਾਹੌਰ ਦੀ ਧਰਤੀ ਜਿੰਦਾਬਾਦ ਚੱਲ ਵੀ ਸਜਣਾ ਕਿ ਬਹੁਤੀ ਤੇਜ਼ ਹਵਾਣੀ ਚੰਗੀ ਹੱਦੋ ਵੱਧ ਸਦਾਣੀ ਚੰਗੀ ਪੈਰ ਚੜਾ ਦਿੰਦੇ ਸੱਪਾਂ ਨਾਲ ਵਫਾਣੀ ਚੰਗੀ ਇਹ ਚੁੰਮ ਕੇ ਜ਼ਹਿਰ ਚੜਾ ਦਿੰਦੇ ਸੱਪਾਂ ਨਾਲ ਵਫਾਣੀ ਚੰਗੀ। ਕਬੱਡਰ ਦਾ ਨਾਂ ਜ਼ਹੀਰ ਸ਼ਾਹ ਲਓ ਜਾਫੀ ਜ਼ਾਹਦ ਹਾਂਜੀ ਲਓ ਜੀ ਪੁਆਇੰਟ ਬਰਾਬਰ ਕਬੱਡਰ ਵਿੱਚ ਮੈਦਾਨ ਦੇ। ਹਾਂਜੀ ਡਬਲ ਟੱਚ ਨਵੀਂ ਸਾਜਰ ਸਾਹਿਬ ਪੁਆਇੰਟ ਕਬੱਡਰ ਦਾ। ਹਾਂਜੀ ਕਬੱਡਰ ਨੌਜਵਾਨ ਮਲਕ ਅਵੈਸ ਕਬੱਡੀ ਦੇ ਖੇਡ ਮੈਦਾਨ ਬਾਜੋ ਨਹੀਂ ਸੱਜਣਾ ਜ਼ੋਰ ਅਜ਼ਮਾਏ ਜਾਂਦੇ ਬਾਜ ਮੰਤਰੋਂ ਸਾਪਣਾ ਜਾਨਕੀ ਲੇ ਤੇ ਦੁੱਧ ਮੱਖਣਾ ਬਾਜ ਨਹੀਂ ਪੰਜੇ ਲੜਾਏ ਜਾਂਦੇ ਬਾਜ ਮੰਤਰੋਂ ਸਾਪਣਾ ਜਾਨਕੀ ਲੇ ਤੇ ਦੁੱਧ ਮੱਖਣਾ ਬਾਜ ਨਹੀਂ ਪੰਜੇ ਲੜਾਏ ਜਾਂਦੇ। ਮਲਕ ਅਵੈਸ ਕਬੱਡਰਾ ਪਿੰਡ ਭਾਂਬੇ ਦੀ ਧਰਤੀ ਲਓ ਜ਼ਾਹਦ ਜੱਟ ਲਗਾ ਜੀ ਜਾਫੀ ਵਿੱਚ ਮੈਦਾਨ ਦੇ। ਹਾਂਜੀ ਜ਼ਾਹਦ ਜੱਟ ਮਲਕ ਅਵੈਸ ਨੌਜਵਾਨ ਜੀ ਪੁਆਇੰਟ ਇਸ ਵੇਲੇ ਆਪਣੀ ਜੋਰਦਾਰ ਨੌਜਵਾਨ ਵਿੱਚ ਮੈਦਾਨ ਦੇ। ਹਾਂਜੀ ਬੜੀ ਰੀਝਾਂ ਦੇ ਚਾਵਾਂ ਨਾਲ ਆਪਣੇ ਪੁੱਤਰਾਂ ਨੂੰ ਸਾਂਭਦੀਆਂ ਨੇ ਮਾਵਾਂ ਖੁਰਾਕਾਂ ਖਾਧੀਆਂ ਦਾ ਪਤਾ ਉਦੋਂ ਲੱਗਦਾ ਜਦ ਪੈਣ ਬਗਾਨੇ ਪੁੱਤਾਂ ਦੀਆਂ ਬਾਹਵੇਂ 'ਚ ਬਾਹਵਾਂ ਲਓ ਖੁਰਾਕਾਂ ਖਾਧੀਆਂ ਦਾ ਪਤਾ ਉਦੋਂ ਲੱਗਦਾ ਜਦ ਪੈਣ ਬਗਾਨੇ ਪੁੱਤਾਂ ਦੀਆਂ ਬਾਹਵੇਂ 'ਚ ਬਾਹਵਾਂ।
ਹਾਂ ਜੀ ਪੁਆਇੰਟ ਹੈ ਜੀ ਕਬੱਡਰ ਦਾ ਅਗਲੀ ਕਬੱਡੀ ਕਬੱਡਰ ਦਾ ਨਾਮ ਮਲਕ ਗੁਲਾਮ ਮੁਸਤਫਾ ਕਿ ਦੁੱਧ ਚੁੱਕ ਕੇ ਮੱਝਾਂ ਬੂਰੀਆਂ ਦਾ ਜਦ ਗੱਭਰੂ ਆਉਂਦੇ ਹਨ ਵਿੱਚ ਮੈਦਾਨ ਮਿੱਤਰੋ ਦੁੱਧ ਚੁੱਕ ਕੇ ਮੱਝਾਂ ਬੂਰੀਆਂ ਦਾ ਜਦ ਗੱਭਰੂ ਆਉਂਦੇ ਹਨ ਵਿੱਚ ਮੈਦਾਨ ਮਿੱਤਰੋ ਧਰਤੀ ਹਿਲਦੀ ਜਦ ਹੈ ਪੈਰ ਧਰਦੇ ਸਾਨੂੰ ਇਹਨਾਂ ਦੇ ਬੜਾ ਹੈ ਮਾਣ ਮਿੱਤਰੋ ਇਹਨਾਂ ਗੱਭਰੂਆਂ ਸਿਰ ਹੀ ਪੰਜਾਬ ਦੇ ਅੰਦਰ ਕਬੱਡੀ ਬਣ ਗਈ ਹੈ ਪੰਜਾਬੀਆਂ ਦਾ ਮਾਣ ਮਿੱਤਰੋ ਝੰਡਾ ਝੂਲਦਾ ਹੈ ਵਿੱਚ ਜਹਾਨ ਅੰਦਰ ਜਿਹਦੇ ਉੱਤੇ ਬਣਿਆ ਹੈ ਕਬੱਡੀ ਦਾ ਨਿਸ਼ਾਨ ਮਿੱਤਰੋ ਲਵ ਵਸੀਮ ਡੋਗਰ ਤੇ ਮਾਜਦ ਪੜਾਣੇ ਵਾਲਾ ਜਾਫੀ ਆ ਜੀ ਵਿੱਚ ਮੈਦਾਨ ਦੇ ਬਾਬਾ ਇੱਕ ਕਬੱਡੀ ਫਖਰ ਇੱਕ ਕਬੱਡੀ ਅਲੀ ਮੁਹੰਮਦ ਖਾਜਾ ਮੈਮੋਰੀਅਲ ਕਬੱਡੀ ਮੈਚ ਪਾਕਿਸਤਾਨ ਵਾਈਟ ਬਾਲ ਮੁਕਾਬਲਾ ਪਾਕਿਸਤਾਨ ਗਰੀਬ ਜੀ ਹਾਂ ਜੀ ਸ਼ੁਕਰੀਆ ਅਦਾ ਕਰ ਰਿਹਾ ਫਖਰ ਪਾਕਿਸਤਾਨ ਕਬੱਡੀ ਜਨ ਸੈਕਟਰੀ ਪਾਕਿਸਤਾਨ ਕਬੱਡੀ ਫੈਡਰੇਸ਼ਨ ਰਾਣਾ ਮੁਹੰਮਦ ਸਰਵਰ ਸਾਹਿਬ ਜਿੰਦਾਬਾਦ ਵਹਾਮਰਾ ਚੌਧਰੀ ਤਾਹਰ ਵਹੀ ਜੱਟ ਸਾਹਿਬ ਫਖਰੇ ਪੰਜਾਬ ਪੁਲਿਸ ਸਾਬਕਾ ਇੰਟਰਨੈਸ਼ਨਲ ਪੁਲਿਸ ਹਾਂ ਜੀ ਲਓ ਜੀ ਇਸ ਵੇਲੇ ਵਿੱਚ ਮੈਦਾਨ ਦੇ ਨੌਜਵਾਨ ਲੌਰਾ ਤਨਵੀਰ ਗੁਜਰ ਟਾਪ ਦਾ ਜੱਫਾ ਕਿ ਚੜ੍ਹਦੇ ਸੂਰਜ ਨੂੰ ਦੁਨੀਆਂ ਸਲਾਮ ਕਰਦੀ ਚਾਚੇ ਵਿੱਚ ਮੈਦਾਨ ਗੱਭਰੂਆਂ ਦੇ ਹੋ ਲੱਗੇ ਦੁੱਧ ਮੱਖਣਾਂ ਦੀ ਕਦੇ ਨੀ ਥੋੜਾਈ ਤੇ ਗੱਭਰੂ ਵਿੱਚ ਮੈਦਾਨ ਦੇ ਹੈ ਸਿੰਘ ਫਸਾਉਣ ਲੱਗੇ ਦੁੱਧ ਮੱਖਣਾਂ ਦੀ ਕਦੇ ਨੀ ਥੋੜਾਈ ਤੇ ਗੱਭਰੂ ਵਿੱਚ ਮੈਦਾਨ ਦੇ ਹੈ ਸਿੰਘ ਫਸਾਉਣ ਲੱਗੇ ਹਾਂਜੀ ਫਾਹਦ ਡੋਗਰ ਤੇ ਛਾਕੀ ਲਗਾ ਦੀ ਭੰਬੇ ਦੀ ਧਰਤੀ ਦਾ ਮੁੰਡਾ ਵਿੱਚ ਮੈਦਾਨ ਦੇ ਛਾਕੀ ਆ ਜੀ ਪੁਆਇੰਟ ਦਾ ਹਾਂਜੀ ਮਲਕ ਗੁਲਾਮ ਮੁਸਤਫਾ ਜੀ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਗੱਭਰੂ ਤਿਆਰ ਬਰ ਤਿਆਰ ਤੇ ਖੇਡ ਮੈਦਾਨ ਦਾ ਬਣਦਾ ਹੈ ਸ਼ਿੰਗਾਰ ਉੱਧਰ ਨਾ ਕਬਾਲੇ ਜੀ ਪਿੜ ਪੈ ਗਏ ਨੇ ਸਾਨਾ ਦੇ ਤੇ ਕੌਡੀ ਦੇ ਮੈਦਾਨ ਅੰਦਰ ਪਤੇ ਲੱਗਣਗੇ ਜਾਨਾਂ ਦੇ ਪਤੇ ਲੱਗਣਗੇ ਜਾਨਾਂ ਦੇ ਬਾਦ ਵਾਂਗੂ ਖਿਲਾਰੀਆਂ ਹੋਈਆਂ ਬਾਹਾਂ ਤੇ ਹੱਕ ਹਲਕਾ ਜਿਹਾ ਚੁੱਕਿਆ ਹੋਇਆ ਕਲਹਿਣੀ ਮੋੜ ਬਣਿਆ ਹੋਇਆ ਉੱਧਰ ਦੇਖੋ ਜੀ ਕਦੀ ਧੋਲਾ ਕਦੀ ਤੱਫੇ ਉੱਧਰ ਦੇਖੋ ਜੀ ਉਹ ਤਾੜੀ ਮਾਰਦੇ ਤਾੜੀ ਨੌਜਵਾਨ ਨੇ ਦੇਖਣਾ ਪਏਗਾ ਜੀ ਲਓ ਜੀ ਪੁਆਇੰਟ ਗ੍ਰੀਨ ਟੀਮ ਦੇ 25 ਔਰ ਵਾਈਟ ਦੇ 22 25 ਲਓ ਜੀ ਅਗਲੀ ਕਬੱਡੀ ਪਾਉਣ ਵਾਸਤੇ ਨਿਕਲੇ ਕਰਦਾ ਕਿ ਫੀਤਾ 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 ਬੇਮਾਹੀ ਸਾਡਾ ਨਿਕਲ ਚੱਲ ਵੀ ਜਵਾਨਾ ਪਾਹਾਂ ਕਬੱਡੀ ਚਿੱਟੇ ਨਿਸ਼ੋ ਰੱਖਦਾ ਹੈ ਨੌਜਵਾਨ ਦੇਖਾਂਗੇ ਵੀ ਕਹਿਣਾ ਕਰੇਗਾ ਟੱਚ ਅੱਗੇ ਚਾਰ ਮਾਵਾਂ ਦੇ ਵਲੀ ਪੁੱਤਰ ਸਾਂਭੀ ਹੋਈ ਜਵਾਨੀ ਉੱਧਰ ਦੇਖੋ ਜੀ ਉੱਧਰ ਦੇਖੋ ਜੀ ਉੱਧਰ ਦੇਖੋ ਜੀ ਬੱਲੇ 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 ਉਹ ਤਾੜੀ ਬੱਲੇ 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 ਉੱਧਰ ਦੇਖੋ ਜੀ ਕਦੀ ਕਹਿੰਦੇ ਸ਼ਹਿਰਪੁਰੇ ਤੋਂ ਮਿੱਟੀ ਆਈ ਜਵਾਨੀ ਹਰ ਕੋਈ ਵੇਖੇ ਆਖਰੀ ਇੱਕ ਦੋ ਦੋ ਕਬੱਡੀਆਂ ਬਾਕੀ ਆ ਆਖਰੀ ਕਬੱਡੀ ਜਾ ਹਾਂਜੀ ਪਈ ਹੋਈ ਕਬੱਡੀ ਅਜੇ ਹੋਈ ਕੈਂਚੀ ਆਏ ਹਾਏ ਹਾਏ ਜਿੱਥੇ ਖਲ ਦੀ ਬਰੋੜਾ ਨਹੀਂ ਹੈ ਢੱਲ ਦੀ ਬੱਲੇ ਟੋਲ ਪੰਜਾਬਣ ਦੀ ਜੁੱਤੀ ਖਲ ਦੀ ਮਰੋੜਾ ਨਹੀਂ ਜੋ ਛੱਡਦੀ ਬੱਲੇ ਟੋਲ ਪੰਜਾਬਣ ਦੀ ਇਸੀ ਮੈਚ ਦੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਜਿਵੇਂ ਰਹਿਤਲ ਚਲਾਈ ਗੁੱਟ ਫੜਿਆ ਵੱਜਦੀ ਹੋਈ ਕੈਂਚੀ ਬੂਟਾ ਅੱਗ ਲਾਣੀ ਮਹਿਲਾਂ ਨੂੰ ਕੁਲੀ ਯਾਰ ਦੀ ਸੁਰਗ ਦਾ ਝੂਟਾ ਕੁਲੀ ਯਾਰ ਦੀ ਸੁਰਗ ਦਾ ਝੂਟਾ ਕਹਿੰਦੇ ਬੰਦੇ ਦੀ ਉਮਰ ਹਾਂਜੀ ਮੀਡੀਆ ਵਾਲਿਓ ਤੁਸੀਂ ਵੀ ਕੈਚ ਕਰ ਲਿਓ ਕਿ ਬੰਦੇ ਦੀ ਉਮਰ 10 ਸਾਲ ਤੋਂ ਲਾ ਕੇ 100 ਸਾਲ ਤੱਕ ਆ ਕਹਿੰਦੇ ਜਦੋਂ ਹੋਵੇ ਬੰਦਾ ਕੈਂਚੀ ਦੇ ਵਿੱਚ ਘੁੱਟਿਆ ਲੱਗਦਾ ਹੋਇਆ ਜ਼ੋਰ ਖਾਮ ਖਾ ਹੋਈ ਪਈ ਆ ਮੇਰੇ ਲੱਕ ਨੂੰ ਚਿੰਬੜਦਾ ਜਾਵੇ ਭਾਬੀ ਸੋਹਣਾ ਮੁੰਡਾ ਗਿੱਲੂ ਵਰਗਾ 10 ਸਾਲ ਤੋਂ ਲਾ ਕੇ ਖਵਾਜਾ ਸਾਹਿਬ 100 ਸਾਲ ਤੱਕ ਕਿਵੇਂ ਕਿਵੇਂ ਗੁਜ਼ਰਦੀ ਆ ਕਹਿੰਦੇ ਬੰਨਿਆ ਪਿਆ ਦਾ ਨਾ ਕੰਮ ਤੇ ਨਾ ਪ੍ਰਵਾਹ
ਜਿੰਦਾ ਹਰ ਮਨੁੱਖੀ ਵਰਿਆ ਹੋਇਆ ਕੀ ਪੈ ਗਈ ਕੰਮਾਂ ਦੀ ਮੀ ਹੋਇਆ ਚਾਲੀ ਤੇ ਪੈ ਗਈ ਗਲ ਵਿੱਚ ਪੰਜਾਲੀ ਸ਼ਾਦੀ ਹੋ ਗਈ ਵਰਿਆ ਹੋਇਆ ਪੰਜਾਹ ਕਿਸੇ ਧੀ ਪੁੱਤ ਦਾ ਮੰਗਣਾ ਤੇ ਕਿਸੇ ਦਾ ਵਿਆਹ ਵਰਿਆ ਹੋਇਆ ਸੱਠ ਵਿੱਚ ਲੱਠ ਵਰਿਆ ਹੋਇਆ ਸੱਤਰ ਤੇ ਦਿਨੇ ਨਜ਼ਰ ਆਉਣ ਬੱਤਰ ਕੋਈ ਗੱਲ ਯਾਦ ਰਹੀ ਕੋਈ ਨਾ ਰਹੀ ਵਰਿਆ ਹੋਇਆ ਅੱਸੀ ਹਾਏ 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 ਵਰਿਆ ਹੋਇਆ ਅੱਸੀ ਬਾਪੂ ਬਣਦਾ ਦੁੱਧ ਤੇ ਕਿਉਂ ਮਿਲਦੀ ਲੱਸੀ ਵਰਿਆ ਹੋਇਆ ਨੱਬੇ ਕਦੀ ਰੋਵੇ ਤੇ ਕਦੀ ਹੱਸੇ ਵਰਿਆ ਹੋਇਆ ਸੌ ਨਾ ਦੁਸ਼ਮਣ ਨੂੰ ਡਰ ਨਾ ਸੱਜਣ ਨੂੰ ਭਉ ਵਰਿਆ ਹੋਇਆ ਸੌ ਨਾ ਦੁਸ਼ਮਣ ਨੂੰ ਡਰ ਚਲੋ ਜੀ ਮੈਂ ਬਿਲਕੁਲ ਆਖਰੀ ਮਰਹਲ ਤੇ ਕਹਿੰਦੇ ਮੈਚ ਕਬੱਡੀ ਦਾ ਅੱਜ ਹੋਣਾ ਨਾਲੇ ਫੜਕਣ ਮੁੰਡੇ ਸਭ ਨੇ ਹਿੱਕ ਦਾ ਜ਼ੋਰ ਅੱਜ ਪਾਣਾ ਪੇੜ ਜਦ ਹੋਣੇ ਸਾਨਾ ਤੇ ਖੜ ਕੇ ਵੇਖੂ ਕੁੱਲ ਜ਼ਮਾਨਾ ਅਲੀ ਮੁਹੰਮਦ ਖਾਜਾ ਮੈਮੋਰੀਅਲ ਕਬੱਡੀ ਕੱਪ ਹੋਈ ਚੁੱਕਣਗੇ ਜਿਨ੍ਹਾਂ ਦੇ ਡੋਲਿਆਂ ਪਟਾਂ ਵਿੱਚ ਜਾਣਾ ਜਿਨ੍ਹਾਂ ਦੇ ਡੋਲਿਆਂ ਪਟਾਂ ਵਿੱਚ ਜਾਣਾ ਆਖਰੀ ਆਖਰੀ ਕਬੱਡੀ ਜੀ ਹਾਂਜੀ ਆਖਰੀ ਕਬੱਡੀ ਆਖਰੀ ਕਬੱਡੀ ਚੱਲ ਰਹੀ ਆਖਰੀ ਕਬੱਡੀ ਇਸ ਮੈਚ ਦੀ ਅਲੀ ਮੁਹੰਮਦ ਖਾਜਾ ਮੈਮੋਰੀਅਲ ਕਬੱਡੀ ਮੈਚ ਅਲੀ ਮੁਹੰਮਦ ਖਾਜਾ ਸਾਹਿਬ ਕਬੱਡੀ ਦੀ ਉਹ ਮਹਾਨ ਸ਼ਖਸੀਅਤ ਸੀ ਜਿਨ੍ਹਾਂ ਨੇ ਪੂਰੀ ਦੁਨੀਆਂ ਦੇ ਵਿੱਚ ਕਬੱਡੀ ਨੂੰ ਮੁਤਾਰਫ ਕਰਾਇਆ ਕੈਂਚੀ ਜਾਣ ਦੀ ਕੋਸ਼ਿਸ਼ ਕੀਤੀ ਸੀ ਹਏ